ਗੁੱਡ ਮਾਰਨਿੰਗ ਸਟੂਡੈਂਟਸ ਹਾਊ ਆਰ ਯੂ ਠੀਕ ਹੋ ਸਾਰੇ ਚਲੋ ਬੇਟਾ ਕੱਲ ਦੇਖੋ ਆਪਾਂ ਕਰੋ ਆਪਣੀ ਕ੍ਰੰਬਲਾਂ ਦੀ ਬੁੱਕ ਵਿੱਚੋਂ ਬੇਟਾ 3rd ਚੈਪਟਰ ਕੀਤਾ ਸੀ ਠੀਕ ਹੈ 3rd ਚੈਪਟਰ ਆਪਣਾ ਕਿਹੜਾ ਸੀ ਚਾਚਾ ਨਹਿਰੂ ਠੀਕ ਹੈ ਬੇਟਾ ਤੁਸੀਂ ਸਾਰਿਆਂ ਨੇ ਰੀਡ ਕੀਤਾ ਸੀ ਯੈਸ ਰੀਡ ਕੀਤਾ ਤਾਂ ਫਿਰ ਦੇਖੋ ਬੇਟਾ ਅੱਜ ਆਪਾਂ ਉਸ ਦਾ ਕੀ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਠੀਕ ਹੈ ਬੇਟਾ ਹੁਣ ਮੈਂ ਦੇਖੋ ਉਕੇ ਸ਼ਬਦ ਬੋਲੂਗੀ ਫਿਰ ਉਸ ਨਾਲ-ਨਾਲ ਮੈਂ ਉਸਦੇ ਅਰਥ ਵੀ ਦੱਸੂਗੀ ਤੁਸੀਂ ਨਾਲ-ਨਾਲ ਪੜ੍ਹਨਾ ਵੀ ਹੈ ਤੇ ਦੁਹਰਾਣਾ ਵੀ ਹੈ ਠੀਕ ਹੈ ਬੱਚੇ ਦੇਖੋ ਬਾਲ ਦਿਵਸ ਉਸਦਾ ਅਰਥ ਹੈ ਬੱਚਿਆਂ ਦਾ ਦਿਨ ਉਚੇਰੀ ਉੱਚੀ ਅਗਲੀ ਤੁਲੇ ਹੋਣਾ ਪੱਕਾ ਇਰਾਦਾ ਕਰਨਾ ਅੰਦੋਲਨ ਲਹਿਰਾ ਸਹਿਨ ਕੀਤੇ ਚੱਲੇ ਭਾਵ ਬਰਦਾਸ਼ਤ ਕੀਤੇ ਤਰੱਕੀ ਉਨਤੀ ਸਵਰਗ ਸਿਧਾਰਨਾ ਮਰ ਜਾਣਾ ਅੱਗੇ ਦੇਖੋ ਪਰਿਵਾਰ ਘਰਾਣੇ ਜਾਂ ਟੱਬਰ ਗੁਲਾਮ ਅਧੀਨ ਉੱਦ ਪਏ ਨਿਕਲ ਪਏ ਕਸ਼ਟ ਦੁੱਖ ਸਦਾ ਹਮੇਸ਼ਾ ਲੀਹਾਂ ਤੇ ਰਾਤੇ ਸਦਾ ਲਈ ਸ਼ਾਂਤ ਹੋਣਾ ਸਵਰਗ ਸੀਦਾਰਨ ਇਹ ਸੀ ਬੇਟਾ ਆਪਣੇ ਔਖੇ ਸ਼ਬਦਾਂ ਦੇ ਅਰਥ ਇਹਨਾਂ ਨੂੰ ਤੁਸੀਂ ਇੱਕ ਵਾਰ ਫਿਰ ਦਰੋਣਾ ਹੈ ਚੰਗੇ ਤਰੀਕੇ ਨਾਲ ਠੀਕ ਹੈ ਬੇਟਾ ਹੁਣ ਦੇਖੋ ਆਪਣਾ ਅਗਲਾ ਕੰਮ ਹੈ ਪ੍ਰਸ਼ਨ ਉੱਤਰ ਠੀਕ ਹੈ ਬੇਟਾ ਦੇਖੋ ਹੁਣ ਜੇ ਆਪਾਂ ਪਾਠ ਪੜਿਆ ਹੋਏਗਾ ਚੰਗੇ ਤਰੀਕੇ ਨਾਲ ਤਾਂ ਆਪਾਂ ਹੁਣ ਇਹਨਾਂ ਦੇ ਕਵੈਸਚਨ ਆਨਸਰ ਕਰਾਂਗੇ ਪਹਿਲਾਂ ਦੇਖੋ ਸਭ ਤੋਂ ਉੱਪਰ ਮੌਖਿਕ ਜਿਹੜੇ ਸਭ ਤੋਂ ਉੱਪਰ ਲਿਖਿਓ ਹੈ ਨਾ ਹੇਠ ਲਿਖੇ ਪ੍ਰਸ਼ਨ ਉੱਤਰ ਬੋਲ ਕੇ ਦਿਓ ਸਿਰਫ ਆਪਾਂ ਇਹਨਾਂ ਦੇ ਉੱਤਰ ਲਿਖਨੇ ਨਹੀਂ ਹੈਗੇ ਬੋਲ ਕੇ ਦੱਸਨੇ ਪੰਡਤ ਜਵਾਹਰ ਲਾਲ ਨਹਿਰੂ ਜੀ ਕੌਣ ਸਨ ਪਤਾ ਬੇਟਾ ਤੁਸੀਂ ਰੀਡ ਕੀਤਾ ਸੀ ਪੰਡਤ ਜਵਾਹਰ ਲਾਲ ਨਹਿਰੂ ਜੀ ਕੌਣ ਸਨ ਹਾਂ ਬੇਟਾ ਉਹ ਸੀ ਪੰਡਤ ਜਵਾਹਰ ਲਾਲ ਨਹਿਰੂ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਠੀਕ ਹੈ ਬੇਟਾ ਇਹ ਦੇਖੋ ਆਪਣਾ ਇੱਕ ਕੁਐਸਚਨ ਆਨਸਰ ਆ ਗਿਆ ਅਗਲਾ ਕੁਐਸਚਨ ਹੈ ਪੰਡਤ 네ਹਰੂ ਜੀ ਗਾਂਧੀ ਜੀ ਨਾਲ ਕਿਉਂ ਰਲ ਗਏ ਕਿਉਂ ਰਲ ਗਏ ਤੁਸੀਂ ਪੜਿਆ ਸੀ ਕਿਉਂਕਿ ਪੰਡਤ ਜੀ ਜਿਹੜੇ ਸੀ ਗਾਂਧੀ ਜੀ ਦੇ ਮਿੱਤਰ ਸਨ ਉਹਨਾਂ ਨੇ ਰਲ ਕੇ ਦੇਸ਼ ਸੇਵਾ ਕੀਤੀ ਸੀ ਠੀਕ ਹੈ ਬੇਟਾ ਇਹ ਸੀ ਆਪਣੇ ਮੌਖਿਕ ਮਤਲਬ ਜਵਾਨੀ ਕੁਐਸਚਨ ਆਨਸਰ ਹੁਣ ਅਗਲੇ ਹੈ ਆਪਣੇ ਲਿਖੇ ਹੋਏ ਕੁਐਸਚਨ ਲਿਖੇ ਕੀ ਕੁਐਸਚਨ ਦਿੱਤੇ ਹੋਏ ਨੇ ਬੇਟਾ ਹੁਣ ਤੁਹਾਡੇ ਕੋਲ ਮੇਰੇ ਖਿਆਲ ਚ ਸਾਰਿਆਂ ਕੋਲ ਬੁੱਕਸ ਹੁਣ ਅਵੇਲੇਬਲ ਪਹੁੰਚ ਗਿਆ ਹੋਣ ਗਿਆ ਜੇਕਰ ਹੈ ਗਿਆ ਨੇ ਤਾਂ ਤੁਸੀਂ ਆਪਣੀ ਬੁੱਕ ਦੇ ਵਿੱਚ ਇਹਨਾਂ ਉੱਤਰਾਂ ਨੂੰ ਲਿਖ ਲੈਣਾ ਕਿਉਂਕਿ ਜਿਹੜੇ ਮੈਂ ਕੁਐਸਚਨ ਬੋਲ ਰਹੀਆਂ ਉਹਨਾਂ ਦੇ ਮੈਂ ਬੁੱਕ ਵਿੱਚ ਉੱਤਰ ਫਿਲ ਕਰ ਰੱਖੇ ਨੇ ਲਿਖ ਰੱਖੇ ਨੇ ਤੁਸੀਂ ਵੀ ਲਿਖ ਲੈਣਾ ਠੀਕ ਹੈ ਹੁਣ ਦੇਖੋ ਫਰਸਟ ਕੁਐਸਚਨ ਆਪਣਾ ਹੈਗਾ ਬੱਚੇ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਚਾਚਾ ਨਹਿਰੂ ਕਿਉਂ ਕਹਿੰਦੇ ਸਨ ਤਾਂ ਉੱਤਰ ਹੈ ਕਿਉਂਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਫਸਟ ਕੁਐਸਚਨ ਦਾ ਆਨਸਰ ਹੋ ਗਿਆ ਨਾ ਬੇਟਾ ਠੀਕ ਹੈ ਬੇਟਾ ਹੁਣ ਅਗਲਾ ਕੁਐਸਚਨ ਦੇਖੋ ਪੰਡਿਤ ਨਹਿਰੂ ਜੀ ਦਾ ਜਨਮ ਕਦੋਂ ਹੋਇਆ ਬੇਟਾ ਇਹ ਸਾਰੇ ਆਨਸਰ ਆਪਣੀ ਲੈਸਨ ਦੇ ਵਿੱਚ ਹੈਗੇ ਨੇ ਚਲੋ ਫਿਰ ਵੀ ਮੈਂ ਲਿਖ ਦਿੱਤੇ ਨੇ ਤੁਸੀਂ ਹੁਣ ਧਿਆਨ ਨਾਲ ਦੇਖੋ ਪੰਡਿਤ ਨਹਿਰੂ ਜੀ ਦਾ ਜਨਮ ਕਦੋਂ ਹੋਇਆ 14 ਨਵੰਬਰ 1889 ਇਸਵੀ ਨੂੰ ਹੋਇਆ ਆਪਾਂ 89 ਵੀ ਕਹਿ ਦਿੰਨੇ ਆ ਅਦਨਵਾਸੀ ਵੀ ਕਹਿ ਦਿੰਨੇ ਆ ਠੀਕ ਹੈ ਹੁਣ ਅਗਲਾ ਕੁਐਸਚਨ ਹੈ ਪੰਡਤ ਨਹਿਰੂ ਜੀ ਦੇ ਪਿਤਾ ਦਾ ਨਾਂ ਦੱਸੋ ਹੁਣ ਪੰਡਤ ਨਹਿਰੂ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਪੰਡਤ ਨਹਿਰੂ ਜੀ ਦੇ ਪਿਤਾ ਦਾ ਨਾਂ ਮੋਤੀ ਲਾਲ ਨਹਿਰੂ ਸੀ ਠੀਕ ਹੈ ਬੇਟਾ ਹੁਣ ਨੈਕਸਟ ਕੁਐਸਚਨ ਆ ਗਿਆ ਆਪਣਾ ਦੇਸ਼ ਸੇਵਾ ਕਰਦੇ ਆ ਪੰਡਤ ਨਹਿਰੂ ਜੀ ਨਹਿਰੂ ਜੀ ਨੂੰ ਕਿਹੜੇ-ਕਿਹੜੇ ਕਸ਼ਟ ਸਹਿਣੇ ਪਏ ਤਾਂ ਹੁਣ ਉਹਨਾਂ ਨੂੰ ਕਿਹੜੇ ਕਸ਼ਟ ਸਹਿਣੇ ਪਏ ਸੀ ਉਹਨਾਂ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਇਹ ਸੀ ਬੇਟਾ ਆਪਣੇ ਚੌਥੇ ਕੁਐਸਚਨ ਦਾ ਆਨਸਰ। ਇਹ ਆਊਗਾ ਆਪਣੇ ਕੁਐਸਚਨ ਆਨਸਰ। ਹੁਣ ਅੱਗੇ ਆਪਾਂ ਅਗਲਾ ਬੁੱਕ ਵਰਕ ਦੇਖੋ ਆਪਣਾ ਕੀ ਹੈ? ਖਾਲੀ ਥਾਵਾਂ ਭਰਨੀਆਂ ਨੇ। ਠੀਕ ਹੈ ਬੇਟਾ। ਹੁਣ ਖਾਲੀ ਥਾਵਾਂ ਦੇਖੋ। ਦੇਖੋ ਬਟੇ ਪੰਡਤ ਨਹਿਰੂ ਜੀ ਡੈਸ਼ ਬਹੁਤ ਤਿਆਰ ਕਰਦੇ ਸਨ। ਆਪਣੇ ਕੋਲ ਦੋ ਆਪਸ਼ਨ ਨੇ। ਠੀਕ ਹੈ? ਬੱਚਿਆਂ ਨਾਲ ਜਾਂ ਨੌਜਵਾਨਾਂ ਨਾਲ ਤਾਂ ਆਪਣਾ ਆਨਸਰ ਆਏਗਾ ਬੱਚਿਆਂ ਨਾਲ। ਪੰਡਤ 네ਹਰੂ ਜੀ ਦਾ ਜਨਮ ਡੈਸ਼ ਵਿੱਚ ਡੈਸ਼ ਘਰਾਂ ਵਿੱਚ ਹੋਇਆ ਗਰੀਬ ਘਰਾਂ ਵਿੱਚ ਹੋਇਆ ਜਾਂ ਅਮੀਰ ਤਾਂ ਕੀ ਆਏਗਾ ਅਮੀਰ ਇੰਗਲੈਂਡ ਤੋਂ ਇਹਨਾਂ ਨੇ ਡੈਸ਼ ਦੀ ਡਿਗਰੀ ਹਾਸਲ ਕੀਤੀ ਡਾਕਟਰੀ ਦੀ ਜਾਂ ਵਕਾਲਤ ਦੀ ਵਕਾਲਤ ਦੀ ਆਪ ਡੈਸ਼ ਜੀ ਦੇ ਪੱਕੇ ਸਾਥੀ ਸਨ ਮਹਾਤਮਾ ਗਾਂਧੀ ਜਾਂ ਭਗਤ ਸਿੰਘ ਮਹਾਤਮਾ ਗਾਂਧੀ ਜੀ ਦੇ ਪੱਕੇ ਸਾਥੀ ਸਨ ਭਾਰਤ -1947 ਨੂੰ ਆਜ਼ਾਦ ਹੋ ਗਿਆ 15 ਅਗਸਤ ਜਾਂ 14 ਅਗਸਤ ਯੈਸ 15 ਅਗਸਤ 1947 ਨੂੰ ਠੀਕ ਹੈ ਬੇਟਾ ਇਹ ਆਪਣੇ ਅਸੀਂ ਖਾਲੀ ਥਾਵਾਂ ਅੱਗੇ ਆਪਣੇ ਹੁਣ ਆ ਗਏ ਵਾਕਾਂ ਵਿੱਚ ਵਰਤੋਂ ਕਰੋ ਠੀਕ ਹੈ ਵਾਕ ਬਣਾਣੇ ਨੇ ਦੇਖੋ ਬੇਟਾ ਇੱਥੇ ਮੈਂ ਆਪਣੇ ਤਰੀਕੇ ਨਾਲ ਵਾਕ ਬਣਾਤੇ ਠੀਕ ਹੈ ਹੁਣ ਜੇਕਰ ਤੁਹਾਨੂੰ ਇਸ ਤੋਂ ਹੋਰ ਆਸਾਨ ਵਾਕ ਬਣਾਉਣੇ ਨੇ ਜਾਂ ਜਿੱਦਾਂ ਵੀ ਤੁਹਾਨੂੰ ਕੰਫਰਟੇਬਲ ਹੋਏਗਾ ਤੁਸੀਂ ਉਸ ਤਰੀਕੇ ਨਾਲ ਵੀ ਆਪਣੀ ਮਰਜ਼ੀ ਨਾਲ ਵੀ ਵਾਕ ਬਣਾ ਸਕਦੇ ਹੋ ਤਾਂ ਦੇਖੋ ਮੈਂ ਜਿਹੜੇ ਵਾਕ ਬਣਾਏ ਨੇ ਪਹਿਲਾਂ ਆਪਾਂ ਜਿਹੜੇ ਪਹਿਲੇ ਦੇ ਦੋ ਆਪਾਂ ਨੂੰ ਉਦਾਹਰਣ ਦੇ ਰੱਖੇ ਨੇ ਆਪਾਂ ਉਹ ਦੇਖਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਬਣਾਏ ਨੇ ਉਹ ਕਰਾਂਗੇ ਬਾਲ ਦਿਵਸ ਅੱਜ ਸਾਡੇ ਸਕੂਲ ਵਿੱਚ ਬਾਲ ਦਿਵਸ ਮਨਾਇਆ ਜਾਣਾ ਹੈ ਅਗਲਾ ਹੈ ਪਰਿਵਾਰ ਪੰਡਤ ਨਹਿਰੂ ਜੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਹੁਣ ਅਗਲਾ ਹੈ ਬੇਟਾ ਗੁਲਾਮ ਹੁਣ ਗੁਲਾਮ ਦਾ ਪਵਾਕ ਬਣਾਣਾ ਹੈ ਤਾਂ ਕੀ ਹੈ 1947 ਈਸਵੀ ਤੋਂ ਪਹਿਲਾਂ ਸਾਡਾ ਦੇਸ਼ ਗੁਲਾਮ ਸੀ ਅੱਗੇ ਹੈ ਆਜ਼ਾਦ ਹੁਣ ਆਜ਼ਾਦ ਦਾ ਵਾਕ ਬਣਾਣਾ ਹੈ 15 ਅਗਸਤ 1947 ਨੂੰ ਭਾਰਤ ਭਾਰਤ ਆਜ਼ਾਦ ਹੋਇਆ ਸੀ ਕਸ਼ਟ ਕਸ਼ਟ ਦਾ ਕੀ ਆਏਗਾ ਨਹਿਰੂ ਜੀ ਨੇ ਕਈ ਕਸ਼ਟ ਸਹੇ ਸਵਾਰਗ ਸਿਧਾਰਨਾ नेहरू जी 27 मई 1964 ਨੂੰ ਸਵਰਗ ਸਿਧਾਰ ਗਏ ਅਗਲਾ ਹੈ ਅੰਦੋਲਨ ਫਿਰ ਹੋਂਦਾ ਕੀ ਵਾਕ ਬਣਾਇਆ ਆਪਾਂ ਨਹਿਰੂ ਜੀ ਨੇ ਕਈ ਅੰਦੋਲਨ ਚਲਾਏ ਇਹ ਸੀ ਬੇਟਾ ਆਪਣੇ ਵਾਕ ਹੁਣ ਅੱਗੇ ਆਪਣਾ ਆ ਗਿਆ ਟੌਪਿਕ ਨੰਬਰ 4 ਤੇ ਹੈ ਠੀਕ ਵਾਕਾਂ ਅੱਗੇ ਠੀਕ ਅਤੇ ਗਲਤ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਾਉਣਾ ਹੈ ਪਹਿਲਾਂ ਆਪਾਂ ਵਾਕ ਪੜਾਂਗੇ ਫਿਰ ਅੱਗੇ ਟਿਕ ਮਾਰਕ ਕਰਾਂਗੇ ਹਾਂਜੀ ਚਾਚਾ ਨਹਿਰੂ ਜੀ ਦਾ ਪੂਰਾ ਨਾਮ ਪੰਡਤ ਮਹਾਤਮਾ ਲਾਲ ਨਹਿਰੂ ਸੀ ਗਲਤ ਕੀ ਸੀ ਪੰਡਤ ਜੋਹਰ ਲਾਲ ਨਹਿਰੂ ਹੁਣ ਅਗਲਾ ਹੈ ਚਾਚਾ ਨਹਿਰੂ ਜੀ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਠੀਕ ਰਾਈਟ ਆਏਗਾ ਇਥੇ ਚਾਚਾ ਨਹਿਰੂ ਬੱਚਿਆਂ ਦੇ ਚਾਚਾ ਜੀ ਲੱਗਦੇ ਸਨ ਠੀਕ ਹੈ ਬੇਟਾ ਕਿਉਂਕਿ ਹੁਣ ਬੱਚੇ ਉਹਨਾਂ ਨੂੰ ਚਾਚਾ ਨਹਿਰੂ ਜੀ ਕਹਿੰਦੇ ਸੀ ਤਾਂ ਉਹ ਚਾਚਾ ਹੀ ਲੱਗੇ ਨਾ ਚਾਚਾ ਨਹਿਰੂ ਗਰੀਬ ਪਰਿਵਾਰ ਵਿੱਚ ਜਨਮੇ ਸਨ ਗਲਤ ਚਾਚਾ 네ਰੂ ਨੇ ਪੜਾਈ ਨਹੀਂ ਕੀਤੀ ਗਲਤ ਕਿਉਂਕਿ ਉਹਨਾਂ ਨੇ ਤਾਂ ਬਹੁਤ ਪੜਾਈ ਕੀਤੀ ਸੀ ਠੀਕ ਹੈ ਬਟਾ ਅੱਗੇ ਆਗੇ ਬਹੁ ਵਿਕਲਪੀ ਪ੍ਰਸ਼ਨ ਇੱਕ ਕੁਐਸਚਨ ਦਿੱਤਾ ਹੈ ਉਹਨਾਂ ਦੇ ਆਪਾਂ ਨੂੰ ਤਿੰਨ ਆਪਸ਼ਨ ਦਿੱਤੇ ਨੇ ਜਿਹੜਾ ਸਹੀ ਹੋਏਗਾ ਉਹਦੇ ਅੱਗੇ ਆਪਾਂ ਟਿੱਕ ਦਾ ਨਿਸ਼ਾਨ ਲਾਵਾਂਗੇ ਫਸਟ ਕੁਐਸਚਨ ਹੈ ਆਪਣਾ ਪੰਡਤ 네ਰੂ ਜੀ ਦੇਸ਼ ਦੇ ਕਿਹੜੇ ਅਹੁਦੇ ਤੇ ਰਹੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਦੇ ਜਾਂ ਵਿਦਿਆ ਮੰਤਰੀ ਦੇ ਤਾਂ ਆਪਣੇ ਕੋਲ ਕਿਹੜੇ ਕਿਹੜੇ ਅਹੁਦੇ ਤੇ ਰਹੇ ਸੀ ਪ੍ਰਧਾਨ ਮੰਤਰੀ ਦੇ ਠੀਕ ਹੈ ਬੇਟਾ ਪ੍ਰਧਾਨ ਮੰਤਰੀ ਦੇ ਅੱਗੇ ਟਿਕ ਕਰ ਦੇਣਾ ਪੰਡਤ ਨਹਿਰੂ ਜੀ ਦਾ ਜਨਮ ਦਿਨ ਹਰ ਸਾਲ ਕਿਸ ਰੂਪ ਵਿੱਚ ਮਨਾਇਆ ਜਾਂਦਾ ਹੈ ਬਾਲ ਦਿਵਸ ਬਲੀਦਾਨ ਦਿਵਸ ਗੁਰੂਪੁਰਬ ਤਾਂ ਕਿਸ ਦੇ ਉੱਪਰ ਬਾਲ ਦਿਵਸ ਤੇ ਉੱਪਰ ਟਿਕਰ ਲਾਵਾਂਗੇ ਆਪਾਂ ਪੰਡਤ ਨਹਿਰੂ ਦਾ ਜਨਮ ਕਿਹੜੇ ਸ਼ਹਿਰ ਵਿੱਚ ਹੋਇਆ ਲਖਨਊ ਅਲਾਹਾਬਾਦ ਗੁਜਰਾਤ ਕਿnde ਤੇ ਹੋਇਆ ਸੀ ਅਲਾਹਾਬਾਦ ਆਪਨੇ ਵਕਾਲਤ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਕਿੱਥੋਂ ਕੀਤੀ ਸੀ ਇੰਗਲੈਂਡ ਤੋਂ ਠੀਕ ਹੈ ਬੇਟਾ ਅਗਲਾ ਦੇਖੋ ਉਸ ਵੇਲੇ ਸਾਡਾ ਦੇਸ਼ ਕਿੰਨਾ ਦਾ ਗੁਲਾਮ ਸੀ ਭਾਰਤੀਆਂ ਦਾ ਅੰਗਰੇਜ਼ਾਂ ਦਾ ইরਾਨੀਆਂ ਦਾ ਕਿੰਨਾ ਦਾ ਸੀ ਅੰਗਰੇਜ਼ਾਂ ਦਾ ਠੀਕ ਹੈ ਬੇਟਾ ਇਹ ਆਪਣੇ ਹੋਗੇ ਬਹੁ ਵਿਕਲਪੀ ਪ੍ਰਸ਼ਨ ਅੱਗੇ ਦੇਖੋ ਹੁਣ ਅੱਗੇ ਹੋਰ ਆਪਣੇ ਲੈ ਵਿਰੋਧੀ ਸ਼ਬਦਾਂ ਨੂੰ ਆਪਸ ਵਿੱਚ ਮਿਲਾਓ ਤਾਂ ਠੀਕ ਹੈ ਜੀ ਹੁਣ ਆਪਾਂ ਵਿਰੋਧੀ ਸ਼ਬਦ ਦਿੱਤੇ ਹੋਏ ਨੇ ਉਲਟੇ ਪੁਲਟੇ ਦਿੱਤੇ ਹੋਏ ਨੇ ਆਪਾਂ ਉਹਨਾਂ ਨੂੰ ਮੈਚ ਕਰਨਾ ਹੈ ਠੀਕ ਦਾ ਗਲਤ ਪਿਆਰ ਨਫ਼ਰਤ ਤੇਜ ਹੌਲੀ ਅਮੀਰ ਗਰੀਬ ਜਨਮ ਮੌਤ ਗੁਲਾਮ ਆਜ਼ਾਦ ਇਹ ਆਪਣੇ ਬٹے ਹੋ ਗਏ ਮਿਲਾਓ ਹੁਣ ਅਕ ਹੈ ਹੇਟ ਲਿਖੇ ਵਾਕਾਂ ਦੇ ਵਚਨ ਬਦਲੋ ਹੁਣ ਆਪਾਂ ਵਚਨਾ ਨੂੰ ਇਹ ਲਾਈਨ ਦਿੱਤੀ ਹੈ ਆਪਾਂ ਇਸ ਨੂੰ ਵਚਨ ਬਦਲਣਾ ਹੈ ਇਸ ਲਾਈਨ ਦਾ ਪੂਰਾ ਵਚਨ ਬਦਲੀ ਕਰਨਾ ਹੈ ਜਿਵੇਂ ਉਹ ਮੇਰਾ ਚਾਚਾ ਹੈ ਉਹ ਇੱਕ ਵਚਨ ਹੁਣ ਆਪਾਂ ਇਹਦੇ ਜ਼ਿਆਦਾ ਬਣਾਨੇ ਉਹ ਮੇਰੇ ਚਾਚੇ ਹਨ ਇਹ ਬੱਚਾ ਬਹੁਤ ਪਿਆਰਾ ਹੈ ਇਹ ਬੱਚੇ ਬਹੁਤ ਪਿਆਰੇ ਹਨ ਹਿਰਨ ਨੇ ਤੇਜ਼ ਦੌੜ ਲਾਈ ਹਿਰਨਾ ਨੇ ਤੇਜ਼ ਦੌੜਾਂ ਲਾਈਆਂ ਉਹ ਸਕੂਲ ਵਿੱਚ ਪੜਦਾ ਸੀ ਉਹ ਸਕੂਲ ਵਿੱਚ ਪੜਦੇ ਸਨ ਇਹ ਹੋ ਗਿਆ ਬੇਟੇ ਆਪਣੇ ਵਚਨ ਬਦਲੋ ਠੀਕ ਹੈ ਬੇਟੇ ਹੁਣ 3 ਨੰਬਰ ਤੇ ਹੋਰ ਕੀ ਆ ਆਪਣੇ ਕੋਲ ਸ਼ੁੱਧ ਸ਼ਬਦਾ ਅੱਗੇ ਗੋਲੇ ਦਾ ਨਿਸ਼ਾਨ ਲਾਓ ਹੁਣ ਦੇਖੋ ਸ਼ੁੱਧ ਸ਼ਬਦ ਆਪਾਂ ਜਿਹੜਾ ਸ਼ੁੱਧ ਹੈ ਉਹ ਆਪਾਂ ਕਿਹੜਾ ਹੈ ਅਧਿਆਪਕ 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 ਆਪਾਂ ਤੀਜੇ ਨੰਬਰ ਵਾਲਾ ਜਿਹੜਾ ਹੈ ਉਹ ਸਹੀ ਹੈ ਅਧਿਆਪਕ ਹੁਣ ਮਨਾਇਆ ਕਿਹੜਾ ਸਹੀ ਹੈ ਫਰਸਟ ਵਾਲਾ ਆਪਾਂ ਇਹਦੇ ਤੇ ਸਰਕਲ ਕਰਤਾ ਹੁਣ ਪਰਿਵਾਰ ਦੀ ਸਪੈਲਿੰਗ ਬੇਟਾ ਦੇਖੋ ਦੋ ਗਲਤ ਦਿੱਤੀਆਂ ਨੇ ਫਰਸਟ ਵਾਲੀ ਜਿਹੜੀ ਹੈ ਉਹ ਸਹੀ ਹੈ ਆਪਾਂ ਪਰਿਵਾਰ ਠੀਕ ਹੈ ਇਹ ਹੋ ਗਿਆ ਹੁਣ ਸੰਬੰਧ ਪਹਿਲਾ ਵੀ ਇਸ ਗਲਤ ਦੇ ਰੱਖਿਆ ਦੂਜਾ ਵੀ ਗਲਤ ਤੀਜੇ ਨੰਬਰ ਵਾਲਾ ਆਪਣਾ ਸੰਬੰਧ ਜਿਹੜਾ ਹੈ ਸਹੀ ਹੈ ਠੀਕ ਹੈ ਬੇਟਾ ਹੁਣ ਇਹ ਸੀ ਆਪਣਾ ਬੁੱਕ ਵਰਕ ਠੀਕ ਹੈ ਬੇਟਾ ਆਪਾਂ ਕੱਲ ਦੇਖੋ ਲੈਸਨ ਰੀਡ ਕੀਤਾ ਅੱਜ ਆਪਾਂ ਇਹਦਾ ਸਾਰਾ ਬੁੱਕ ਵਰਕ ਕੰਪਲੀਟ ਕੀਤਾ ਹੁਣ ਤੁਸੀਂ ਕੀ ਕਰਨਾ ਹੈ ਬੇਟਾ ਸਭ ਪਹਿਲਾਂ ਲੈਸਨ ਰੀਡ ਚੰਗੇ ਤਰੀਕੇ ਨਾਲ ਕਰਕੇ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਤੁਸੀਂ ਰਿਵਾਈਜ਼ ਕਰਨੇ ਨੇ ਫਿਰ ਕੁਐਸਚਨ ਆਨਸਰ ਆਪਣੀ ਬੁੱਕ ਦੇ ਵਿੱਚ ਲਿਖਣੇ ਨੇ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਜਦ ਤੁਹਾਨੂੰ ਕੁਝ ਸਮਝ ਨਹੀਂ ਆਂਦਾ ਤਾਂ ਬੇਟਾ ਐਸੇ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ ਤਾਂਕਿ ਆਪਾਂ ਉਸ ਪ੍ਰੋਬਲਮ ਨੂੰ ਦੂਰ ਕਰ ਸਕੀ ਠੀਕ ਹੈ ਬੇਟਾ ਥੈਂਕ ਯੂ ਸਟੇ ਹੋਮ ਸਟੇ ਸੇਫ